ਸਦਾ ਮਿਲ ਲੱਗਦੇ ਰਹਿੰਦੇ ਨੇ, ਆਪਰਖਾਂ ਦੀਆਂ ਯਾਦਾਂ ਵਿੱਚ ਸਦਾ ਮਿਲ ਲੱਗਦੇ ਰਹਿੰਦੇ ਨੇ। ਰੱਬ ਦੇ ਪਿਆਰਿਆਂ ਦੀ ਯਾਦ ਵਿੱਚ ਮੇਲੇ ਲੱਗਦੇ ਆ, ਅਤੇ ਮਰਦਾ ਤੇ ਸਾਖਤ ਬੰਦਾ ਵੀ ਹੈ ਅਤੇ ਮਰਦਾ ਗੁਰਮੁਖ ਬੰਦਾ ਵੀ ਹੈ, ਪਰ ਮਰਨ ਮਰਨ ਵਿੱਚ ਫਰਕ ਹੈ। ਜਿਹੜੇ ਗੁਰਮੁਖ ਦੁਨੀਆਂ ਤੋਂ ਜਾਂਦੇ ਨੇ ਉਹ ਸਰੀਰ ਕਰਕੇ ਪਰ ਆਤਮਾ ਕਰਕੇ ਦੁਨੀਆਂ ਦਾ ਭਲਾ ਕਰਦੇ ਆ, ਆਤਮਾ ਕਰਕੇ। ਸਰੀਰ ਨਾਸ਼ਵੰਤ ਹੈ, ਸਰੀਰ ਮਰਦਾ ਹੈ, ਪਰ ਮਨਮੁੱਖ ਆਪ ਵੀ ਮਰਦਾ ਅਤੇ ਜ਼ਮੀਰ ਵੀ ਮਰਦਾ ਹੈ ਮਨਮੁੱਖ ਦਾ। ਅਤੇ ਮਹਾਰਾਜ ਬਚਨ ਕਰਦੇ ਨੇ ਗੁਰਬਾਣੀ ਦੇ ਵਿੱਚ, ਕਬੀਰ ਸਾਖਤ ਅਤੇ ਸ਼ੁਕਰ ਭਲਾ ਰੱਖੇ ਆਸਾ ਗਾਓ, ਉਹ ਸਾਖਤ ਵਪਰਾ ਮਰ ਗਿਆ ਕੋਈ ਨਾ ਲਹਿ ਨਾਓ। ਸਾਖਤ ਬੰਦਾ ਦੁਨੀਆਂ ਤੋਂ ਜਾਂਦਾ ਕੋਈ ਨਾਂ ਨਹੀਂ ਲੈਂਦਾ, ਪਰ ਜਦੋਂ ਗੁਰਮੁਖ ਜਾਂਦੇ ਨੇ ਇਸ ਦੁਨੀਆਂ ਤੋਂ, ਆਪ ਜਾਂਦੇ ਆ, ਆਪ ਤਰਦੇ ਆ ਅਤੇ ਦੁਨੀਆਂ ਨੂੰ ਤਾਰ ਕੇ ਜਾਂਦੇ ਆ।